ਖਾਧਾ ਉਹਨਾਂ ਨੇ ਸਪਾ ਦੀਆਂ ਗੋਲੀਆਂ ਲਈਆਂ ਨੇ, ਪਹਿਲਾਂ ਰਾਤੀ ਲੈ ਕੇ ਆਏ ਆ ਕੱਲ੍ਹ ਜਾਂ ਪਹਿਲਾਂ ਲੈ ਕੇ ਹੋਰ ਰੱਖੀਆਂ ਵਾ। 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਕਿਹੜਾ ਕੋਈ ਐਕਸਟਰਾ ਕਰਕੇ ਗਈ ਆ, ਉੱਤੋਂ ਇੰਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੀ ਉਹ। ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਂ, ਵਾਈਫ ਦਾ, ਮਤਲਬ ਸਾਰਿਆਂ ਦਾ ਨਾਂ ਪਾ ਕੇ ਮੈਂਸ਼ਨ ਕਰਕੇ ਉਹਨਾਂ ਪਾਇਆ ਮੈਂ ਇਹਨਾਂ ਤੋਂ ਪਰੇਸ਼ਾਨ ਵਾਂ, ਤੇ ਇਹ ਹੁਣ ਲਿਖਿਆ ਵੀ ਕੋਈ ਜ਼ਿੰਮੇਵਾਰੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ। ਕਿਸੇ ਨੂੰ ਦੱਸਿਆ ਨਹੀਂ, ਘਰ ਰਾਤ ਉਹਨੇ 10:30-11 ਵਜੇ ਨਾਲ ਦਵਾਈ ਖਾ ਕੇ ਤਾਂ ਮਾਂ ਨੂੰ ਮਿਲੇ, ਕਹਿੰਦਾ ਮੈਂ ਆਹ ਮੈਂ ਦਵਾਈ ਕਮਰੇ 'ਚ ਇਕੱਲਾ ਸੀ, ਉਸ ਕਮਰੇ 'ਚ ਉਸ ਟਾਈਮ ਇਕੱਲਾ, ਇਹ ਵੱਧ ਜੇ ਕਮਰੇ 'ਚ ਇਹ ਲੱਗੇ ਉਹਦਾ ਤੁਰੇ ਫਿਰਦੇ ਸੀ। ਕਿੰਨੇ ਬੱਚੇ ਨੇ? ਬੱਚਾ ਇੱਕ, ਬੇਟੀ ਉਹਨਾਂ ਦੀ 10-11 ਸਾਲ ਦੀ। ਇਹਨਾਂ ਕੋਲ ਰਹਿੰਦੀ ਕਿ ਆਪਣੀ ਮਾਂ? ਨਹੀਂ ਉਹ ਮਾਂ ਦੇ ਕੋਲ, ਉਹ ਮਿਲ ਨਹੀਂ ਦਿੰਦੇ ਉਹਨਾਂ ਨੂੰ, ਕਾਫੀ ਟਾਈਮ ਤੋਂ ਮਿਲਣ ਦੀ ਕੋਸ਼ਿਸ਼ ਕਰ ਨਹੀਂ ਮਿਲ ਦਿੰਦੇ, ਕੇਸ ਲਾਇਆ ਵਾ ਕਹਿੰਦੇ ਬੱਚੀ ਨੂੰ ਨਹੀਂ ਮਿਲ ਦੇਣਾ। ਉਹ ਤੋਂ ਇੰਨਾ ਪਰੇਸ਼ਾਨ ਵਾ ਵੀ ਮਤਲਬ ਵੀ ਮੇਰੀ ਬੱਚੀ ਆ, ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਮਤਲਬ, ਅਤੇ ਇੰਨਾ ਪਰੇਸ਼ਾਨ ਹੋਇਆ। ਅਤੇ ਇਹਨਾਂ ਨੂੰ ਵੀ ਉਹ ਕੁਝ ਉਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ, ਅਤੇ ਉਹਨਾਂ ਨੂੰ ਵੀ ਥਾਣੇ 'ਤੇ ਮਤਲਬ ਵੀ ਕੇਸ ਚੱਲਣ ਦੇ ਬਾਵਜੂਦ ਕੋਰਟ ਨੇ ਫੈਸਲਾ ਦੇਣਾ ਦਾ, ਉਹਨਾਂ ਨੂੰ ਘੱਲ ਗਏ ਪੁਲਿਸ ਵਾਲਿਆਂ ਨੂੰ, ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤਾਂ ਉੱਥੇ ਜਲੀਲ ਕਰਦੇ। ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਹੋਇਆ ਵੀ ਮੇਰੀ ਮਾਂ ਕਹਿੰਦੀ ਆ, ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ, ਕਾਫੀ ਉਮਰ ਹੋ ਗਈ ਬੁਢਿਆ ਦੇ, ਥਾਣੇ ਸੱਦ ਸੱਦ ਕੇ ਤਾਂ ਜਲੀਲ ਕਰ ਰਹੇ ਆ। ਉੱਤੋਂ ਵੀ ਪਰੇਸ਼ਾਨ ਹੀ ਰਾਤ ਨੇ ਰੋਂਦਾ ਰਹਿੰਦਾ ਹੈ, ਅਸੀਂ ਵੀ ਚਲੋ ਆਈਦਾ ਸੀ ਰੋਂ, ਰੋਂਦਾ ਸੀ ਭਾਈ ਮਤਲਬ ਬਹੁਤ ਪਰੇਸ਼ਾਨ ਕਰਦੇ ਆ। ਘਰ ਵਿੱਚ ਕੌਣ ਹੈ ਇਹਨਾਂ ਤੋਂ? ਘਰ ਦੇ ਇਹਨਾਂ ਦਾ ਇਕੱਲੇ ਹੀ ਹੈ, ਇਹ ਦੋ ਭੈਣਾਂ ਹੋ ਗਈਆਂ ਉਹ ਆਪਣੇ ਘਰ ਵਾ। ਝਗੜਾ 3 ਸਾਲਾਂ ਤੋਂ ਚੱਲ ਰਿਹਾ ਇਹਨਾਂ ਦਾ, ਇੱਦਾਂ ਮਤਲਬ ਇਹ ਲਿਆ ਰਹੇ ਆ, ਉਹ ਆ ਵੀ ਨਹੀਂ ਆ ਰਹੀ ਹੈਗੀ। ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਫਾਹ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਇਸੇ ਪਰੇਸ਼ਾਨੀ ਤੋਂ ਹੀ ਮਤਲਬ ਵੀ ਉਹ ਬੇਟੀ ਨੂੰ ਮਿਲ ਨਹੀਂ ਦਿੰਦੇ, ਨਾ ਉਹ ਆ ਰਹੀ ਆ ਤੇ ਨਾ ਹੀ ਮਤਲਬ ਕਿ ਕੇਸ ਕੇ ਪਾਸੇ ਮਤਲਬ ਉਹ ਕਰਦੇ। ਤਾਂ ਮਤਲਬ ਸ਼ਿਕਾਇਤ ਦਰਜ ਕਰਾਈ ਜੀ? ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ, ਹੁਣ ਵੀ ਕਰਾਈ ਆ ਸਿਵਲ ਲਾਈਨ 'ਚ। ਉਹ ਆ ਰਹੇ ਆ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ। ਕਿਹੜਾ ਪਿੰਡ ਆ ਮੁੰਡੇ ਦਾ? ਕਿਹੜਾ ਪਿੰਡ ਸੀ ਮੁੰਡੇ ਦਾ? ਪਿੰਡ ਉੱਦਾਂ ਪਿੱਛੇ ਤੇ ਹੈਗਾ ਲੀਲ ਕਲਾਂ ਬਟਾਲੇ ਗ੍ਰੰਥੀਆਂ ਦੇ ਕੋਲ, ਇਸ ਵੇਲੇ ਹੁਣ ਇਹ ਗ੍ਰੀਨ ਸਿਟੀ ਇੱਥੇ ਬਟਾਲੇ ਰਹਿ ਮਤਲਬ ਵੀ। ਸਹੁਰਿਆਂ ਦਾ ਕਿਹੜਾ ਪਿੰਡ ਸੀ? ਪੁਰੀਆਂ ਦਾ। ਪੁਰੀਆਂ? ਹਾਂਜੀ ਪੁਰੀਆਂ। ਅਰਿਜੀਤ ਕੀ ਗੱਲ ਕੀ ਹੋਈ? ਗੱਲ ਕਹਿੰਦੀ ਸਹੁਰਿਆਂ ਨਾਲ ਝਗੜਾ ਚੱਲਦਾ ਸੀਗਾ, 3 ਸਾਲ ਹੋ ਗਏ ਆ, ਵਹੁਟੀ ਨੂੰ ਪੇਕੇ ਉਹਦੇ ਮਾਪੇ ਲੈ ਗਏ ਸੀਗੇ, ਪਰ ਤਾਂ ਪੁਲਿਸ ਬਹੁਤ ਘੱਲਦੇ ਰਹੇ ਆ। ਬਾਅਦ ਵਿੱਚ ਕੇਸ ਅਸੀਂ ਵੀ ਸੇਬੇ ਦਾ ਲਾ ਤਾ, ਬਾਅਦ 'ਚ ਉਹਨਾਂ ਨੇ ਬਹੁਤ ਕੇਸ ਲਾ ਤੇ, 14 ਤਰੀਕ 'ਤੇ ਕੋਈ ਨਵਾਂ ਹੀ ਕੇਸ ਲਾ ਤਾ, ਉੱਦਣ ਦੀ ਜ਼ਿਆਦਾ ਫਿਰ ਟੈਨਸ਼ਨ ਲੈ ਗਿਆ ਸੀਗਾ। ਕੀ ਚਾਹੁੰਦੇ ਹੋ? ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦਿਓ, ਮੇਰਾ ਪੁੱਤ ਤੜਫਦਾ ਮਰ ਗਿਆ। ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਏ ਸੀਗੇ, ਬਾਅਦ ਵਿੱਚ ਇਹ ਵਿਆਹੀ ਇਹਨੂੰ ਵੀ 3 ਸਾਲ ਘੱਲਤਾ ਵਾ, ਉੱਥੋਂ ਫਿਰ ਇਹ ਆ ਗਈ 10 ਦਿਨ ਅੱਗੋਂ, ਉਹ 10 ਦਿਨ ਮਗਰੋਂ ਆ ਗਿਆ ਵਾ। ਫਿਰ ਇਹਨਾਂ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤਾਂ ਲਾਇਆ ਵਹੁਟੀ ਨਾ ਉਹਨੇ। ਮੈਂ ਆਖਿਆ ਮੈਂ ਨਹੀਂ ਕੋਈ ਬਾਤ ਆ, ਪਾਉਂਦਾ ਵਿਆਜ ਖਾਈ ਜਾਓ ਤੁਸੀਂ, ਇੰਨੇ ਕੁ ਤੁਹਾਡੇ ਪਿਓ ਸਹੁਰੇ ਦੇ ਵੀ ਕੁਛ ਮਿਲੇ ਆ ਤੇ ਖਾ ਲਓ ਤੁਸੀਂ। ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ, ਜਿੱਦਾਂ ਪੂਰੀਆਂ ਨੌਕਰੀ ਪਲਾਈ ਕੀਤੀ, ਨਾਮ ਹੀ ਆਇਆ ਵਾ ਨੌਕਰੀ। ਸਰ ਜੀ ਇਹ ਤਾਂ ਜੀ ਕੱਲ੍ਹ ਸਾਨੂੰ ਇਨਫੋਰਮੇਸ਼ਨ ਆਈ ਸੀ ਅਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ 'ਤੇ ਅਸੀਂ FIR ਨੰਬਰ 198 May 3, 1997 ਅੰਡਰ ਸੈਕਸ਼ਨ 108 BNS ਨਵੀਂ ਤਰ੍ਹਾਂ ਦੇ ਤਹਿਤ ਪਰਚਾ ਦਰਜ ਕਰਦਾ। ਅਸੀਂ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਹ 'ਚ ਕਿਰਨਦੀਪ ਕੌਰ ਅਤੇ ਉਹਨਾਂ ਦੇ ਨਾਲ ਸੱਸ ਸਹੁਰਾ 4 ਬੰਦਿਆਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਦਾ। ਕੋਈ ਸਰ ਹੁਣ ਤੱਕ ਗ੍ਰਿਫਤਾਰੀ ਕੀਤੀ ਗਈ? ਨਹੀਂ ਹਜੇ ਰੀਸੈਂਟਲੀ ਪਰਚਾ ਦਰਜ ਹੋਇਆ, ਇਹ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਦਾ।